ਖਾਲਸਾ ਵਾਹਿਗੁਰੂ ਕੀ ਫਤਿਹ। ਆਲ ਇੰਡੀਆ ਕਾਂਗਰਸ ਬ੍ਰਿਗੇਡ ਪੰਜਾਬ ਵਾਈਸ ਪ੍ਰਧਾਨ ਨਰਿੰਦਰਪਾਲ ਸਿੰਘ ਭੰਗੂ ਫਤਿਹਗੜ੍ਹ ਚੂੜੀਆਂ ਤੋਂ, ਜੋ ਕਿ ਅਸੀਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਆ, ਉਹਦੇ ਵਿੱਚ ਪੰਜਾਬ ਦਾ ਕੈਪਟਨ ਕੈਪਟਨ ਅਮਰਿੰਦਰ ਸਿੰਘ। 2022 ਇਲੈਕਸ਼ਨ ਸਾਡੀ ਸਾਂਝ ਔਰ ਆਉਣ ਵਾਲੇ ਸੀਐਮ ਸਾਹਿਬ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹੋਣਗੇ। ਬਾਕੀ ਜੋ ਵੀ ਗਤੀਵਿਧੀਆਂ ਚੱਲਣ ਡੀਆਂ ਸਰਕਾਰ ਦੇ ਵਿੱਚ, ਉਸ ਥੋੜ੍ਹੇ ਹੀ ਦਿਨਾਂ ਦੇ ਵਿੱਚ 20 ਜਾਂ 22 ਤਰੀਕ ਦੇ ਇਰਦ ਗਿਰਦ ਜੋ ਵੀ ਸੋਨੀਆ ਗਾਂਧੀ ਜੀ ਨੇ ਇੱਕ ਮੀਟਿੰਗ ਰੱਖੀ ਆ, ਉਹਦੇ ਵਿੱਚ ਸਾਰੇ ਨਿਪਟਾਰੇ ਹੋ ਜਾਣਗੇ। ਬਾਕੀ ਕੁਛ ਕੁ ਰਹਿੰਦੇ ਜਿਹੜੇ ਵੀ ਕੰਮ ਹੋਣਗੇ, ਉਹ ਸੋਨੀਆ ਗਾਂਧੀ ਨੇ 8 ਤਰੀਕ ਨੂੰ ਫਿਰ ਦੁਬਾਰਾ ਮੀਟਿੰਗ ਬੁਲਾਈ ਆ, ਉਹਦੇ ਵਿੱਚ ਜੋ ਵੀ ਆ ਸਭ ਤੋਂ ਜ਼ਿਆਦਾ ਵੱਡੇ ਜੋ ਕੰਮ ਨੇ ਉਹ ਸਾਰੇ ਕੰਪਲੀਟ ਕਰਕੇ ਉਦੋਂ ਬਾਅਦ ਨਵੀਂ ਰਣਨੀਤੀ ਸ਼ੁਰੂ ਕੀਤੀ ਜਾਏਗੀ। ਔਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਤੇ ਜਾ ਕੇ ਸਾਡਾ ਕੰਮ ਹੈ ਅੱਗੇ ਟੀਮਾਂ ਤਿਆਰ ਕਰਨੀਆਂ, ਅਤੇ ਸਰਕਾਰ ਨੂੰ ਜਿਹੜੇ ਚੰਗੇ ਬੰਦੇ ਆਪਣੇ ਨਾਲ ਲਾ ਕੇ ਅਤੇ ਗਾਂ ਆਪਣਾ ਵੋਟ ਬੈਂਕ ਬਣਾ ਕੇ ਜਿਹੜੇ ਸਾਡੇ ਨੁਮਾਇੰਦੇ ਨੇ MLA ਖੜਨਗੇ ਉਹਨਾਂ ਨੂੰ ਜਿਤਾਉਣਾ, ਉਹਨਾਂ ਦੀ ਸਪੋਰਟ ਕਰਨੀ ਅਤੇ ਵੋਟ ਪਾਉਣੀ। ਬਾਕੀ ਜਿਹੜੇ ਕੋਲ ਰਹਿੰਦੇ ਕੰਮ ਨੇ ਉਹ ਸਹੀ ਉਹਨਾਂ ਦੇ ਨੌਲੇਜ ਵਿੱਚ ਲਿਆਵਾਂਗੇ ਅਤੇ ਕੁਛ ਦਿਨਾਂ ਦੇ ਵਿੱਚ ਹੀ ਉਹ ਕੰਮ ਜਿਹੜੇ ਆਪਾਂ ਕੰਪਲੀਟ ਕਰਾਵਾਂਗੇ। ਬਾਕੀ ਕਮੇਟੀਆਂ ਜਿਹੜੀਆਂ ਨੇ ਬਹੁਤ ਹੀ ਹਾਈ ਲੈਵਲ 'ਤੇ ਹਾਈ ਪੱਧਰ ਦੇ ਉੱਤੇ ਬਣਾਈਆਂ ਜਾ ਰਹੀਆਂ ਨੇ, ਜਲਦੀ ਤੋਂ ਜਲਦੀ ਨਿਯੁਕਤੀਆਂ ਹੋਣਗੀਆਂ। ਬਾਕੀ ਫਤਿਹਗੜ੍ਹ ਚੂੜੀਆਂ ਦੀ ਵੀ ਕਮੇਟੀ ਜਲਦੀ ਤੋਂ ਜਲਦੀ ਆਪਾਂ ਨਿਯੁਕਤ ਕਰਕੇ ਅਤੇ ਜਲਦੀ ਤੋਂ ਜਲਦੀ ਐਲਾਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।